ਅੱਜ ਆਪਾਂ ਗੱਲ ਕਰਨੀ ਆ। ਇੱਕ ਮੈਨੂੰ ਮੈਸੇਜ ਆਇਆ ਸੀ ਇੰਸਟਾਗ੍ਰਾਮ ਦੇ ਮੁੰਡੇ ਦਾ ਕਿ ਮੇਰੀ ਜਿਹੜੀ ਗਰਲਫ੍ਰੈਂਡ ਆ ਮੇਰੀ ਰਿਸਪੈਕਟ ਨਹੀਂ ਕਰਦੀ, ਅਤੇ ਤੁਹਾਡੇ 'ਚੋਂ ਵੀ ਕਈ ਮੁੰਡੇ ਹੋਣਗੇ, ਚਲੋ ਜੇ ਤੁਹਾਡੀ ਸਹੇਲੀ ਹੈਨੀ ਆ, ਪਾਰਟਨਰ ਹੈਨੀ, ਵਾਈਫ ਹੈਨੀ ਆ, ਅਤੇ ਕੱਲ੍ਹ ਨੂੰ ਬਣਨੀ ਤਾਂ ਜ਼ਰੂਰ ਆ। ਸੋ ਆਹ ਵੀਡੀਓ ਵੇਖ ਕੇ ਤੁਹਾਨੂੰ ਸਮਝ ਆਜੂਗੀ ਕਿ ਕਿਉਂ ਇੱਕ ਫੀਮੇਲ ਆ ਜਿਹੜੀ ਤੁਹਾਡੀ ਡਿਸਰਿਸਪੈਕਟ ਕਰਨੀ ਸ਼ੁਰੂ ਕਰ ਦਿੰਦੀ ਆ, ਜਾਂ ਪਹਿਲਾਂ ਤੁਹਾਡੀ ਰਿਸਪੈਕਟ ਕਰਦੀ ਅਤੇ ਹੁਣ ਤੁਹਾਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੀ, ਜਾਂ ਤੁਹਾਡੀ ਰਿਸਪੈਕਟ ਨਹੀਂ ਕਰਦੀ। ਸਿੰਪਲ ਭਾਸ਼ਾ ਵਿੱਚ ਜੇ ਗੱਲ ਕੀਤੀ ਜਾਏ, ਇਹਦਾ ਇੱਕੋ ਰੀਜ਼ਨ ਆ ਕਿ ਤੁਸੀਂ ਸੋਚੋ ਕਿ ਇੱਕ ਗੇਮ ਖੇਡ ਰਹੇ ਹਾਂ, ਅਤੇ ਤੁਸੀਂ ਜਿਹੜਾ ਗੇਮ ਦੇ ਵਿੱਚ ਵਿਲਨ ਆ ਨਾ, ਉਹਨੂੰ ਫਿਨਿਸ਼ ਕਰਨ ਲਈ, ਉਹਨੂੰ ਮਾਰਨ ਲਈ ਸਭ ਕੁਝ ਕਰੋਗੇ, ਹੈ ਨਾ, ਪਾਵਰ ਅਪਸ ਕਰੋਗੇ, ਆਹ ਮੂਵ ਯੂਜ ਕਰੋਗੇ, ਉਹ ਮੂਵ ਯੂਜ ਕਰੋਗੇ, ਪਰ ਜਦੋਂ ਤੁਸੀਂ ਉਸ ਵਿਲਨ ਨੂੰ ਮਾਰ ਦਿੰਦੇ ਆ, ਫਿਰ ਗੇਮ ਦਾ ਅਗਲਾ ਲੈਵਲ ਆ ਜਾਂਦਾ, ਹੈ ਨਾ। ਸੋ ਜਿਹੜੀ ਜ਼ਿੰਦਗੀ ਦੀ ਗੇਮ ਆ, ਇਹਦੇ ਵਿੱਚ ਤੁਸੀਂ ਵਿਲਨ ਆ, ਅਤੇ ਜਿਹੜੀ ਤੁਹਾਡੀ ਸਹੇਲੀ ਆ, ਜਿਹੜੀ ਤੁਹਾਡੀ ਗਰਲਫ੍ਰੈਂਡ ਆ, ਜਿਹੜੀ ਤੁਹਾਡੀ ਵਾਈਫ ਆ, ਉਹ ਪਲੇਅਰ ਆ, ਅਤੇ ਉਹਦਾ ਗੋਲ ਆ ਤੁਹਾਨੂੰ ਟੇਮ ਕਰਨਾ, ਯਾਨੀ ਕਿ ਤੁਹਾਨੂੰ ਪੰਜਾਬੀ 'ਚ ਜੇ ਕਹੀਏ ਕਿ ਤੁਹਾਨੂੰ ਵਸ਼ ਵਿੱਚ ਕਰਨਾ। ਅਤੇ ਸਪੈਸ਼ਲੀ ਜੇ ਤੁਸੀਂ ਖੁਦ ਆਪਣੀ ਸਹੇਲੀ, ਆਪਣੀ ਗਰਲਫ੍ਰੈਂਡ, ਵਾਈਫ ਚੂਜ਼ ਕੀਤੀ ਆ, ਅਤੇ ਹਮੇਸ਼ਾ ਇੱਦਾਂ ਹੋਊਗਾ ਕਿ ਉਹ ਤੁਹਾਡੀ ਰਿਸਪੈਕਟ ਕਰਦੀ ਸੀ, ਤਾਂ ਉਹਨੇ ਡਿਸਾਈਡ ਕੀਤਾ ਕਿ ਮੈਂ ਇਸ ਇਨਸਾਨ ਨਾਲ ਆਪਣੀ ਜ਼ਿੰਦਗੀ ਕੱਢਣਾ ਚਾਹੁੰਦੀ ਹਾਂ, ਇਸ ਇਨਸਾਨ ਨਾਲ ਮੈਂ ਆਪਣੀ ਲਾਈਫ ਆ ਜਿਹੜੀ ਉਹ ਬਿਤਾਉਣੀ ਚਾਹੁੰਦੀ ਹਾਂ। ਕੀ ਚੇਂਜ ਹੋ ਗਿਆ, ਹੈ ਨਾ, ਕੀ ਬਦਲ ਗਿਆ? ਐਂਡ ਆਫ ਦਾ ਡੇ ਗਲਤੀ ਤੁਹਾਡੀ ਆ ਬਰੋ, ਗਲਤੀ ਤੇਰੀ ਆ। ਪਤਾ ਕਿਉਂ? ਜਿਹੜੀਆਂ ਵੀ ਚੀਜ਼ਾਂ ਤੂੰ ਐਜ਼ ਅ ਮੈਨ ਉਹਨੂੰ ਮਿਲਣ ਤੋਂ ਪਹਿਲਾਂ, ਜਾਂ ਜਦੋਂ ਤੁਸੀਂ ਨਵੇਂ ਨਵੇਂ ਮਿਲੇ ਹੋ ਉਦੋਂ ਕਰਦਾ ਹੁੰਦਾ ਸੀ ਨਾ, ਉਹ ਤੂੰ ਰਿਲੇਸ਼ਨਸ਼ਿਪ ਦੇ ਵਿੱਚ ਆ ਕੇ, ਜਾਂ ਜਦੋਂ ਤੇਰਾ ਵਿਆਹ ਵੀ ਹੋ ਗਿਆ ਵਾ, ਉਹ ਚੀਜ਼ਾਂ ਤੂੰ ਕਰਨੀਆਂ ਛੱਡਤੀਆਂ ਵਾ। ਵਿਆਹ ਤੋਂ ਪਹਿਲਾਂ ਜਾਂ ਰਿਲੇਸ਼ਨਸ਼ਿਪ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਕਰਕੇ ਉਸ ਕੁੜੀ ਨੇ ਤੈਨੂੰ ਪਸੰਦ ਕੀਤਾ ਸੀ, ਉਹ ਚੀਜ਼ਾਂ ਤੂੰ ਕਰਨੀਆਂ ਬੰਦ ਕਰਤੀਆਂ। ਤੂੰ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣਾ ਛੱਡਤਾ, ਤੂੰ ਜਿੰਮ ਜਾਣਾ ਛੱਡਤਾ, ਤੂੰ ਕਲੀਨ ਫੂਡ ਖਾਣਾ ਛੱਡਤਾ, ਹੈ ਨਾ। ਤੇਰੀਆਂ ਜਿਹੜੀਆਂ ਖੁਦ ਦੀਆਂ ਹੋਬੀਜ਼ ਸੀਗੀਆਂ, ਜਾਂ ਤੇਰਾ ਖੁਦ ਦਾ ਜਿਹੜਾ ਪੈਸ਼ਨ ਸੀਗਾ, ਉਹ ਤੂੰ ਸਾਈਡ 'ਤੇ ਰੱਖਤਾ, ਅਤੇ ਤੇਰੀ ਜ਼ਿੰਦਗੀ ਦਾ ਜਿਹੜਾ ਮੇਨ ਫੋਕਸ ਜਾਂ ਤੇਰੀ ਜ਼ਿੰਦਗੀ ਦੀ ਮੇਨ ਅਟਰੈਕਸ਼ਨ, ਉਹ ਤੇਰੀ ਸਹੇਲੀ ਬਣ ਕੇ ਰਹਿ ਗਈ। ਪਰ ਹੋਇਆ ਕਿ ਇਸ ਪ੍ਰੋਸੈਸ ਦੇ ਦੌਰਾਨ, ਅਤੇ ਇਹ ਚੀਜ਼ ਪਹਿਲੇ ਇੱਕ ਦੋ ਮਹੀਨਿਆਂ 'ਚ ਨਹੀਂ ਹੁੰਦੀ, ਯੂਜਲੀ 6 ਤੋਂ 7 ਤੋਂ ਵੱਧ ਮਹੀਨੇ ਜਦੋਂ ਲੰਘ ਜਾਣ ਤੁਹਾਨੂੰ ਇਕੱਠਿਆਂ ਨੂੰ, ਉਦੋਂ ਇਹ ਚੀਜ਼ ਅਨਕੋਨਸ਼ੀਅਸਲੀ ਕੁੜੀਆਂ ਦੇ ਮਨ 'ਚ ਆਉਣੀ ਸ਼ੁਰੂ ਹੋ ਜਾਂਦੀ ਆ ਕਿ ਜਦੋਂ ਕੋਈ ਵੀ ਕੁੜੀ ਕਿਸੇ ਮੁੰਡੇ ਨੂੰ ਮਿਲਦੀ ਆ, ਉਹ ਤੁਹਾਡੀ ਰਿਸਪੈਕਟ ਕਰਦੀ ਆ, ਉਹ ਤਾਂ ਤੁਹਾਡੇ ਨਾਲ ਤੁਹਾਡੀ ਪਾਰਟਨਰ ਆ, ਤੁਹਾਡੀ ਗਰਲਫ੍ਰੈਂਡ ਆ, ਤੁਹਾਡੀ ਵਾਈਫ ਆ। ਜੇ ਉਹ ਰਿਸਪੈਕਟ ਨਾ ਕਰਦੇ ਹੋਏ ਬਰੋ, ਕਦੀ ਵੀ ਇੱਦਾਂ ਨਹੀਂ ਹੋਣਾ ਕਿ ਇੱਕ ਕੁੜੀ ਜਿਹੜੀ ਕਿਸੇ ਬੰਦੇ ਦੀ ਸ਼ੁਰੂ ਤੋਂ ਰਿਸਪੈਕਟ ਨਾ ਕਰਦੀ ਹੋਵੇ ਅਤੇ ਉਹਦੇ ਨਾਲ ਬੋਏਫ੍ਰੈਂਡ, ਉਹਨੂੰ ਬੋਏਫ੍ਰੈਂਡ ਬਣਾ ਲਏ, ਜਾਂ ਉਹਨੂੰ ਆਪਣਾ ਪਾਰਟਨਰ ਬਣਾ ਲਏ, ਜਾਂ ਉਹਨੂੰ ਆਪਣਾ ਹਸਬੈਂਡ ਬਣਾ ਲਏ। ਸੋ ਗਲਤੀ ਤੁਹਾਡੇ ਵਿੱਚ ਆ ਕਿ ਤੁਸੀਂ ਉਸ ਨੂੰ ਇੱਕ ਉਹ
ਜਿਹੜਾ ਆਪਣਾ ਰੂਪ ਜਾਂ ਵਰਜ਼ਨ ਵਿਖਾਇਆ, ਜਿਹੜਾ ਉਹਨੂੰ ਵਧੀਆ ਲੱਗਾ, ਜਿਹੜਾ ਵਰਜ਼ਨ ਉਹਨੂੰ ਲੱਗਾ ਕਿ ਇਹ ਇੱਕ ਪ੍ਰੋਪਰ ਬੰਦਾ ਵਾ, ਇਹਦੇ ਨਾਲ ਮੈਂ ਆਪਣੀ ਜ਼ਿੰਦਗੀ ਕੱਟਣੀ ਆ, ਅਤੇ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ, ਤੁਹਾਨੂੰ ਨਹੀਂ ਪਤਾ ਲੱਗਾ ਪਰ ਉਹਦੇ ਮਨ 'ਚ ਉਹਨੇ ਸਾਰੀਆਂ ਚੀਜ਼ਾਂ ਰਜਿਸਟਰ ਕੀਤੀਆਂ ਕਿ ਇਹਦੇ ਕੰਮ ਤੋਂ ਆ ਗਏ, ਹੈ ਨਾ, ਜਿਹਨੂੰ ਕਹਿੰਦੇ ਜੋਰੂ ਕਾ ਗੁਲਾਮ ਪੰਜਾਬੀ 'ਚ, ਹੈ ਨਾ, ਜਾਂ ਹਿੰਦੀ 'ਚ, ਕਿ ਇਹ ਬੰਦਾ ਉਸ ਤਰ੍ਹਾਂ ਬਣ ਗਿਆ ਵਾ। ਅਤੇ ਕੋਈ ਵੀ ਕੁੜੀ ਇਹ ਨਹੀਂ ਚਾਹੁੰਦੀ ਕਿ ਮੇਰਾ ਹਸਬੈਂਡ ਆ ਜਿਹੜਾ ਜਾਂ ਮੇਰਾ ਬੋਏਫ੍ਰੈਂਡ ਆ ਉਹ 24 ਘੰਟੇ ਮੇਰੇ ਆਲੇ ਦੁਆਲੇ ਰਹੇ। ਹੁਣ ਇੱਕ ਹੋਰ ਇਗਜ਼ਾਮਪਲ ਦੇ ਦਿੰਦਾ ਤੁਹਾਨੂੰ, ਜਦੋਂ ਪਿੰਡਾਂ 'ਚ ਤੁਸੀਂ ਵੇਖੇ ਹੋਣੇ ਜਿਹੜੇ ਬੀਨ ਲੈ ਗਏ ਸੱਪ ਦੇ ਮੂਹਰੇ, ਬੀਨ ਵਜਾਉਂਦੇ ਸਪੇਰੇ ਜਿਨ੍ਹਾਂ ਨੂੰ ਆਪਾਂ ਆਉਂਦੇ ਹਾਂ, ਉਹ ਜਿਹੜਾ ਸਪੇਰਾ ਵਾ ਨਾ, ਉਹ ਬੀਨ ਉਹਨਾਂ 'ਚ ਹੀ ਵੱਜਦੀ ਆ ਜਿੰਨਾ ਚਿਰ ਉਹ ਸੱਪ ਜਿਹੜਾ ਉਹ ਡੱਬੇ 'ਚ ਬੰਦ ਨਹੀਂ ਕਰ ਲੈਂਦੇ। ਉਸ ਤੋਂ ਬਾਅਦ ਨਹੀਂ ਕਦੀ ਉਸ ਸੱਪ ਨੂੰ ਐਂਟਰਟੇਨਮੈਂਟ ਮਿਲਦੀ, ਹੈ ਨਾ, ਕਿਉਂਕਿ ਸੱਪ ਐਂਟਰਟੇਨ ਹੋਣ ਡਿਆ ਵਾ, ਉਹਦਾ ਸਾਰਾ ਧਿਆਨ ਬੀਨ 'ਤੇ ਚੱਲ ਜਾਂਦਾ ਵਾ। ਚਲੋ ਜੀ, ਜਦੋਂ ਉਹ ਇੰਨਾ ਕੁ ਐਂਟਰਟੇਨ ਹੋ ਜਾਂਦਾ, ਉਹ ਇੰਨਾ ਕੁ ਕਹਿ ਲਓ ਕਿ ਡਿਵੈਲ ਹੋ ਜਾਂਦਾ ਵਾ ਬੀਨ 'ਤੇ, ਇੰਨਾ ਕੁਛ ਇਨਵੈਸਟ ਹੋ ਜਾਂਦਾ ਵਾ, ਸਪੇਰਾ ਜਿਹੜਾ ਉਹਨੂੰ ਚੁੱਕ ਕੇ ਡੱਬੇ 'ਚ ਬੰਦ ਕਰ ਦਿੰਦਾ। ਸੋ ਇਸ ਸਿਨਾਰੀਓ ਦੇ ਵਿੱਚ, ਜ਼ਿੰਦਗੀ ਦੇ ਸਿਨਾਰੀਓ ਦੇ ਵਿੱਚ, ਤੁਸੀਂ ਇੱਕ ਕਹਿ ਲਓ ਕਿ ਸਨੇਕ ਆ ਅਤੇ ਸੱਪ ਆ, ਅਤੇ ਜਿਹੜੀ ਬੀਨ ਵੱਜ ਰਹੀ ਹੈ ਨਾ, ਉਹ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਕੋਈ ਵੀ ਤੁਹਾਨੂੰ ਕੁੜੀ ਮਿਲਦੀ ਆ, ਉਹ ਤੁਹਾਡੀ ਰਿਸਪੈਕਟ ਕਰਦੀ, ਉਹ ਸਭ ਕੁਝ ਕਰੂਗੀ ਤੁਹਾਡੇ ਵਾਸਤੇ, ਪਰ ਜਦੋਂ ਤੁਹਾਨੂੰ ਲੱਗਦਾ ਨਾ ਕਿ ਇਹ ਮੈਨੂੰ ਪਿਆਰ ਹੀ ਬੜਾ ਕਰਦੀ ਆ, ਹੈ ਨਾ, ਭਾਵੇਂ ਮੈਂ ਹੁਣ ਜਿਮ ਜਾਣਾ ਬੰਦ ਕਰਦਾ ਜਾਂ ਮੈਂ ਆਪਣੇ ਦੋਸਤਾਂ ਨਾਲ ਘੁੰਮਣਾ ਬੰਦ ਕਰਦਾ ਕਿਉਂਕਿ ਇਹਨੇ ਮੈਨੂੰ ਕਿਹਾ ਵਾ ਕਿ ਤੂੰ ਮੇਰੇ ਨਾਲ ਟਾਈਮ ਨਹੀਂ ਸਪੈਂਡ ਕਰਦਾ ਜਾਂ ਤੂੰ ਮੇਰੇ ਨਾਲ ਘਰੇ ਰਹਿ, ਅੱਜ ਜਿਮ ਜਾਣ ਦੀ ਕੀ ਲੋੜ ਆ। ਉਹ ਸਮਝ ਲਓ ਕਿ ਜਦੋਂ ਤੁਸੀਂ ਸਬਮਿਟ ਕਰ ਦਿੰਦੇ ਨਾ ਉਸ ਚੀਜ਼ 'ਤੇ ਕਿ ਹਾਂ ਓਕੇ ਠੀਕ ਆ, ਮੈਂ ਇਹਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦਾ ਵਾਂ, ਜਦੋਂ ਤੁਹਾਡੀ ਸਹੇਲੀ, ਤੁਹਾਡੀ ਵਾਈਫ, ਗਰਲਫ੍ਰੈਂਡ ਨੂੰ ਸ਼ੋਰਟੀ ਮਿਲ ਜਾਂਦੀ ਹੈ ਨਾ ਕਿ ਇਸ ਬੰਦੇ ਨੇ ਕਿਤੇ ਨਹੀਂ ਜਾਣਾ, ਬਰੋ ਇਹ ਪੱਕੀਆਂ ਹੰਡੀਆਂ ਵਰਤੀਆਂ ਗੱਲਾਂ ਵਾਂ। ਅਤੇ ਜੇ ਤੁਸੀਂ ਸਪੈਸ਼ਲੀ 20-21 ਸਾਲਾਂ ਦੇ ਜੇ, ਮੇ ਬੀ ਤੁਹਾਨੂੰ ਨਾ ਸਮਝ ਲੱਗਣ, ਪਰ ਇਹ ਚੀਜ਼ਾਂ ਇੱਦਾਂ ਹੀ ਅਨਫੋਲਡ ਹੁੰਦੀਆਂ। ਸੋ ਜਦੋਂ ਤੁਹਾਡੀ ਸਹੇਲੀ, ਵਾਈਫ, ਗਰਲਫ੍ਰੈਂਡ ਜੋ ਵੀ ਆ, ਉਹਨੂੰ ਸ਼ੋਰਟੀ ਮਿਲ ਜਾਂਦੀ ਨਾ ਕਿ ਇਸ ਇਨਸਾਨ ਨੇ ਕਿਤੇ ਨਹੀਂ ਜਾਣਾ, ਇਹ ਪੂਰਾ ਮੇਰੇ 'ਤੇ ਡਿਪੈਂਡੈਂਟ ਆ, ਹੈ ਨਾ, ਕਿ ਬੀਨ ਦੇ ਵਿੱਚ ਪੂਰਾ ਇਨਵੈਸਟਡ ਆ, ਹੁਣ ਇਹਨੂੰ ਮੈਂ ਡੱਬੇ 'ਚ ਪਾ ਕੇ ਰੱਖ ਲੈਂਦੀ ਹਾਂ। ਜਦੋਂ ਤੁਸੀਂ ਇੱਕ ਵਾਰੀ ਡੱਬੇ 'ਚ ਪੈ ਗਏ, ਫਿਰ ਕਹਿ ਲਓ ਕਿ ਉੱਥੋਂ ਇੱਕ ਡਾਊਨਹਿਲ ਟ੍ਰੈਂਡ ਚੱਲਣਾ ਸ਼ੁਰੂ ਹੋ ਜਾਣਾ ਵਾ, ਤੁਹਾਡੀ ਰਿਸਪੈਕਟ ਨੂੰ ਲੈ ਕੇ, ਤੁਹਾਡੀ ਘਰ ਦੇ ਵਿੱਚ ਕਿੰਨੀ ਕੁ ਸੁਣੀ ਜਾ ਰਹੀ ਆ ਉਸ ਚੀਜ਼ ਨੂੰ ਲੈ ਕੇ। ਸੋ ਐਜ਼ ਅ ਮੈਨ, ਹੁਣ ਆਫਕੋਰਸ ਅੱਜ ਕੱਲ੍ਹ ਲੋਕ ਇੰਟਰਨੈਟ 'ਤੇ ਬਥੇਰੇ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਗਰਲਫ੍ਰੈਂਡਸ ਨੂੰ ਗਾਂਹ ਕਰਕੇ, ਹੈ ਨਾ, ਉਹਨਾਂ ਦੇ ਸਰੀਰ ਤੋਂ ਵਿਊਜ਼ ਖੱਟਦੇ ਆ, ਵਿਊਜ਼ ਬਣਾਉਂਦੇ ਆ, ਉਹ ਇੱਕ ਅਗੇਨ ਉਹਨਾਂ ਦੀ ਲਾਈਫ, ਹੈ ਨਾ, ਪਰ ਬਿਹਾਇੰਡ ਦਾ ਸੀਨਸ, ਜੇ ਤੁਹਾਡੀ ਵਾਈਫ ਜਾਂ ਗਰਲਫ੍ਰੈਂਡ ਤੁਹਾਡੀ ਰਿਸਪੈਕਟ ਨਹੀਂ ਕਰਨ ਦੀ, ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡਾ ਕਸੂਰ ਵਾ। ਕਿਉਂਕਿ ਜਿੱਦਾਂ ਮੈਂ ਅੱਗੇ ਦੱਸਣ ਡਿਆ, ਕਦੇ ਇੱਦਾਂ ਨਹੀਂ ਹੋਣਾ ਕਿ ਉਹ ਸ਼ੁਰੂ ਤੋਂ ਹੀ ਤੁਹਾਡੀ ਰਿਸਪੈਕਟ ਨਾ ਕਰਦੀ ਹੋਵੇ ਤਾਂ ਫਿਰ ਵੀ ਉਹਨੇ ਡਿਸਾਈਡ ਕਰ ਲਿਆ ਕਿ ਹਾਂ ਮੈਂ ਇਸ ਇਨਸਾਨ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣੀ ਚਾਹੁੰਦੀ ਹਾਂ ਜਾਂ ਮੈਂ ਇਸ ਇਨਸਾਨ ਨੂੰ ਆਪਣਾ ਬੋਏਫ੍ਰੈਂਡ ਬਣਾਉਣਾ ਚਾਹੁੰਦੀ ਹਾਂ, ਭਾਵੇਂ ਉਹ ਕਹਿ ਲਓ ਕਿ ਰਿਲੇਸ਼ਨਸ਼ਿਪ 8 ਮਹੀਨਿਆਂ ਦਾ ਕਿਉਂ ਨਾ ਹੋਵੇ। ਸੋ ਗਲਤੀ ਤੁਹਾਡੀ ਇਹ ਆ ਕਿ ਤੁਸੀਂ ਉਹਨੂੰ, ਜਿੱਦਾਂ ਕਹਿੰਦੇ ਨਹੀਂ ਹੁੰਦੇ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ, ਹੈ ਨਾ। ਸੋ ਤੁਸੀਂ ਉਹਨੂੰ ਇੱਕ ਵੱਖਰਾ ਆਪਣੇ ਆਪ ਵਾਲਾ ਵਰਜ਼ਨ ਜਿਹੜਾ ਉਹ ਵਿਖਾਤਾ,
ਕਿ ਮੈਂ ਐਕਚੁਅਲੀ ਇੱਦਾਂ ਦਾ ਵਾਂ, ਮੈਂ ਹਰ ਰੋਜ਼ ਜਿੰਮ ਜਾਂਦਾ ਹੁੰਦਾ ਵਾਂ, ਮੇਰੇ ਯਾਰ ਦੋਸਤ ਵਾ, ਮੇਰਾ ਸਰਕਲ ਆ। ਜਦੋਂ ਤੁਸੀਂ ਕਿਸੇ ਕੁੜੀ ਨਾਲ ਕਹਿ ਲਓ ਕਿ ਉਹਨੂੰ ਆਪਣੇ ਕਨੈਕਸ਼ਨ 'ਚ ਲਿਆਉਣਾ ਚਾਹੁੰਦੇ ਹਾਂ, ਉਹਨੂੰ ਆਪਣੀ ਗਰਲਫ੍ਰੈਂਡ ਬਣਾਉਣਾ ਚਾਹੁੰਦੇ ਹਾਂ, ਬਥੇਰਾ ਕੁਝ ਗੱਪਾਂ ਵੀ ਮਾਰ ਦਿੰਦੇ ਹੋਵੋਗੇ, ਹੈ ਨਾ। ਸੋ ਜਦੋਂ ਉਹਨੂੰ ਐਕਚੁਅਲੀ ਕਲੀਅਰ ਪਿਕਚਰ ਦਿਖਣੀ ਸ਼ੁਰੂ ਹੋ ਜਾਂਦੀ ਹੈ ਨਾ, ਫਿਰ ਉਹਨੂੰ ਲੱਗਦਾ ਕਿ ਯਾਰ ਇਹ ਗੱਲ ਮੈਚ ਨਹੀਂ ਹੋ ਰਹੀ ਜੋ ਇਹਨੇ ਕਿਹਾ ਸੀ ਅਤੇ ਜੋ ਇਹ ਅੱਜ ਆ 6-7 ਮਹੀਨਿਆਂ ਬਾਅਦ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗਰਲਫ੍ਰੈਂਡ ਤੁਹਾਨੂੰ ਕੰਟੀਨਿਊਸਲੀ ਰਿਸਪੈਕਟ ਕਰੇ, ਹੈ ਨਾ, ਤੁਹਾਡੀ ਗੱਲ ਨਾ ਮੋੜੇ, ਅਫਕੋਰਸ ਹੁਣ ਆਪਾਂ 2024 'ਚ ਰਹਿ ਰਹੇ ਹਾਂ, ਅੱਗੇ 25 ਆਉਣ ਵਾਲਾ ਵਾ, ਬੜੀਆਂ ਚੀਜ਼ਾਂ ਮਿਊਚੁਅਲ ਬੇਸਿਸ 'ਤੇ ਹੁੰਦੀਆਂ, ਹੈ ਨਾ। ਪਰ ਐਂਡ ਦਾ ਡੇ ਮੇਰਾ ਜੋ ਵਿਸ਼ਵਾਸ ਆ ਕਿ ਸੋਸਾਇਟੀ ਦੇ ਵਿੱਚ ਬੰਦੇ ਦੇ ਕੁਝ ਰੋਲ ਵਾ ਜਿਹੜੇ ਉਹਨੂੰ ਅਦਾ ਕਰਨੇ ਚਾਹੀਦੇ ਆ, ਅਤੇ ਜਨਾਨੀ ਦੇ ਕੁਝ ਰੋਲ ਆ ਜਿਹੜੇ ਉਹਨੂੰ ਅਦਾ ਕਰਨੇ ਚਾਹੀਦੇ ਆ, ਅਤੇ ਕੁਝ ਰੋਲ ਆ ਜਿਹੜੇ ਉਹ ਦੋਵੇਂ ਇਕੱਠੇ ਮਿਲ ਕੇ ਆ ਕੇ ਅਦਾ ਕਰਦੇ, ਹੈ ਨਾ, ਨਿਭਾਉਂਦੇ ਆ। ਤੁਹਾਡਾ ਇਹ ਰੋਲ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਵਾਈਫ ਨੂੰ, ਗਰਲਫ੍ਰੈਂਡ ਨੂੰ ਹਮੇਸ਼ਾ ਇੱਕ ਫੀਲਿੰਗ ਦੇ ਰਹੇ ਜੇ ਪ੍ਰੋਟੈਕਟਿਵਨੈਸ ਦੀ, ਕਿ ਉਹ ਪ੍ਰੋਟੈਕਟਡ ਆ, ਹੈ ਨਾ। ਅਤੇ ਅਫਕੋਰਸ ਜੇ ਤੁਸੀਂ ਮਿਹਨਤ ਕਰਦੇ ਜੇ, ਤੁਸੀਂ ਕੱਲ੍ਹ ਨੂੰ ਉਹਨਾਂ ਲਈ ਪ੍ਰੋਵਾਈਡ ਵੀ ਕਰ ਸਕਦੇ ਜੇ, ਯਾਨੀ ਕਿ ਉਹਨਾਂ ਨੂੰ ਕੰਮ ਤੋਂ ਹਟਾ ਸਕਦੇ ਜੇ, ਕਿਉਂਕਿ ਆਪਾਂ ਸਾਰੇ ਬਾਹਰ ਰਹਿੰਦੇ ਹਾਂ ਨਾ। ਅਤੇ ਫਿਰ ਉਹਨੂੰ ਲੱਗੇਗਾ ਕਿ ਹਾਂ ਮੇਰਾ ਬੋਏਫ੍ਰੈਂਡ ਐਕਚੁਅਲੀ ਇੱਕ ਬੰਦਾ ਆ, ਇੱਕ ਮੈਨ ਆ। ਪਰ ਤੁਸੀਂ ਜੇ 6 ਮਹੀਨਿਆਂ ਬਾਅਦ ਕੰਮ ਤੋਂ ਆ ਗਏ ਅਤੇ ਉਹਦੇ ਲਾਗੇ ਲੰਮੇ ਪੈ ਕੇ ਕਾਊਚ 'ਤੇ ਅਤੇ ਉਹਦੇ ਨਾਲ ਹਿੰਦੀ ਨਾਟਕ ਵੇਖਣ ਡੇ ਜੇ, ਇਹ ਕੋਈ ਬਾਹਲੀ ਬੰਦਿਆਂ ਵਾਲੀ ਗੱਲ ਨਹੀਂ ਹੈਗੀ। ਸੋ ਫਿਰ ਇਹ ਨਾ ਸੋਚੋ ਕਿ ਮੈਨੂੰ ਇਸ ਘਰ ਦੇ ਵਿੱਚ ਬੰਦਿਆਂ ਵਾਲੀ ਰਿਸਪੈਕਟ ਕਿਉਂ ਨਹੀਂ ਮਿਲਣੀ, ਹੈ ਨਾ। ਜੇ ਤੁਸੀਂ, ਜੇ ਤੁਹਾਡੀ ਸਹੇਲੀ ਕਹਿਣ ਦੀ ਮੈਂ ਗੁਲਾਬ ਜਾਮਨੂੰ ਖਾਣੇ ਰਾਤ ਨੂੰ 8 ਵਜੇ, ਅਤੇ ਤੁਸੀਂ ਵੀ ਨਾਲ 2-3 ਪੀਸ ਚੁੱਕ ਲੈਂਦੇ ਜੇ, ਇਹ ਕੋਈ ਬਾਹਲੀ ਬੰਦਿਆਂ ਵਾਲੀ ਗੱਲ ਨਹੀਂ ਹੈਗੀ। ਜਨਾਨੀਆਂ ਵਾ ਜਿਹੜੀਆਂ ਉਹ ਇਮੋਸ਼ਨਸ ਦੇ ਨਾਲ ਓਪਰੇਟ ਕਰਦੀਆਂ ਵਾ। ਤੁਸੀਂ ਜਨਾਨੀ ਨਹੀਂ ਆ, ਤੁਸੀਂ ਮੁੰਡੇ ਆ, ਤੁਸੀਂ ਬੰਦੇ ਆ, ਤੁਹਾਨੂੰ ਲੌਜਿਕ ਨਾਲ ਆਪਣੀ ਜ਼ਿੰਦਗੀ ਜਿਹੜੀ ਉਹ ਕੱਟਣੀ ਪੈਣੀ ਹੈ। ਜਦੋਂ ਤੁਸੀਂ ਲੌਜਿਕ ਆ ਜਿਹੜਾ ਉਹ ਬਾਹਰ ਸੁੱਟ ਦਿੰਦੇ ਜੇ, ਤੁਹਾਨੂੰ ਲੱਗਦਾ ਕਿ ਲੈ ਆਹ ਕੁੜੀ ਫਸਾਉਣੀ ਸੀ, ਮੈਂ ਫਸਾ ਲਈ, ਇਹ ਮੇਰੀ ਗਰਲਫ੍ਰੈਂਡ ਬਣ ਗਈ ਹੈ, ਹੁਣ ਇਹਨਾਂ ਮੈਂ ਵਿਆਹ ਕਰਾ ਲੈਣਾ ਵਾ। ਬ੍ਰੋ, ਕੁੜੀਆਂ ਹਮੇਸ਼ਾ, ਇਹ ਹੁਣ ਪਹਿਲੇ ਜ਼ਮਾਨੇ 'ਤੇ ਰਹੇ ਨਹੀਂ ਆ ਸਾਡੇ, ਯੂਨੋ, ਸਾਡੇ ਮਾਂ ਪਿਓ ਵਾਲੇ, ਸਾਡੇ ਦਾਦਾ ਦਾਦੀ ਵਾਲੇ, ਕਿ ਜਿੱਥੇ ਵਿਆਹ ਹੋ ਗਿਆ ਹੋ ਗਿਆ, ਹੈ ਨਾ। ਅੱਜ ਕੱਲ੍ਹ ਬ੍ਰੋ ਕੁੜੀਆਂ ਕੋਲ ਇੰਨੇ ਆਪਸ਼ਨਸ ਆ, ਅਤੇ ਅਗੇਨ ਜੇ ਆਪਾਂ ਸਿਰਫ ਕਹਿ ਲਓ ਕਿ ਇੱਕ ਐਸ ਬੇਸਿਸ 'ਤੇ ਗੱਲ ਕਰੀਏ ਕਿ ਕੁੜੀਆਂ ਹਮੇਸ਼ਾ ਇੱਕ ਵਧੀਆ ਜਿਹੜਾ ਲਾਈਫ ਪਾਰਟਨਰ ਆ ਉਹ ਲੱਭਦੀਆਂ ਵਾ, ਅਨਕੋਨਸ਼ੀਅਸਲੀ ਬ੍ਰੋ ਹਮੇਸ਼ਾ ਉਹ ਕੰਪੇਅਰ ਕਰਨੀ ਹੈਗੀ, ਓਕੇ ਆਹ ਮੁੰਡਾ ਮੇਰੇ ਨਾਲ ਗੱਲ ਕਰਨੀ ਚਾਹ ਰਿਹਾ ਵਾ, ਜਿਹੜਾ ਮੇਰਾ ਹੁਣ ਬੋਏਫ੍ਰੈਂਡ ਆ ਉਹਦੇ ਕੋਲ ਆਹ ਚੀਜ਼ਾਂ ਵਾ, ਉਹ ਪਹਿਲਾਂ ਜਿੰਮ ਜਾਂਦਾ ਹੁੰਦਾ ਸੀ, ਹੁਣ ਤਾਂ ਮੋਟੂ ਜਿਹਾ ਬਣ ਗਿਆ ਜਾਂ ਹੈ ਨਾ ਚਬੀ ਜਿਹਾ ਹੋ ਗਿਆ ਵਾ, ਅਤੇ ਪਰ ਆਹ ਮੁੰਡਾ ਬੜਾ ਫਿੱਟ ਆ। ਹੁਣ ਇਸ ਟਾਈਮ ਉਹ ਜਿਹੜਾ ਮੁੰਡਾ, ਦੂਜਾ ਮੁੰਡਾ ਉਹਨੂੰ ਦਿਖਿਆ ਵਾ, ਫੋਰ ਐਗਜ਼ਾਮਪਲ ਕਿਤੇ ਵੀ, ਉਹਦੇ ਲਈ ਇਸ ਕੁੜੀ ਦੇ ਮਨ ਦੇ ਵਿੱਚ ਰਿਸਪੈਕਟ ਆ, ਕਿਉਂਕਿ ਉਹ ਇਨਸਾਨ ਹਾਲੇ ਫਿਨਿਸ਼ ਨਹੀਂ ਹੋਇਆ, ਯਾਨੀ ਕਿ ਬੰਦ ਡੱਬੇ 'ਚ ਨਹੀਂ ਪੈ ਗਿਆ, ਉਹਦੇ ਗਾੜੀ ਬੀਨ ਵੱਜੂਗੀ ਫਿਰ ਉਹ ਡੱਬੇ 'ਚ ਪਊਗਾ। ਪਰ ਤੁਹਾਡੇ ਮੂਹਰੇ ਬੀਨ ਵੱਜੀ, ਤੁਸੀਂ ਆਲਰੇਡੀ ਸਬਮਿਟ ਕਰਤਾ, ਤੁਸੀਂ ਗਿਵ ਅਪ ਕਰਤਾ, ਤੁਸੀਂ ਕਿਹਾ ਹਾਂ ਇਹੋ ਹੀ ਮੇਰੀ ਲਾਈਫ ਆ। ਬ੍ਰੋ ਕੁਝ ਵੀ ਪਰਮਾਨੈਂਟ ਨਹੀਂ ਹੈਗਾ ਇਸ ਦੁਨੀਆਂ 'ਤੇ,
ਰਾਈਟ ਨਾਓ 2024 2025 ਦੇ ਵਿੱਚ। ਸੋ ਜੇ ਤੂੰ ਚਾਹੁੰਦਾ ਵਾ ਕਿ ਭਾਵੇਂ ਅਗੇਨ ਜਿੱਦਾਂ ਮੈਂ ਦੱਸਣ ਡਿਆ, ਭਾਵੇਂ ਤੇਰੀ ਸਹੇਲੀ ਹੈਗੀ ਬ੍ਰੋ, ਭਾਵੇਂ ਨਹੀਂ ਹੈਗੀ, ਭਾਵੇਂ ਵਾਈਫ ਪਾਰਟਨਰ ਕੋਈ ਵੀ ਇਨਸਾਨ ਤੇਰੀ ਜ਼ਿੰਦਗੀ 'ਚ ਇਸ ਟਾਈਮ ਹੈਗਾ ਜਾਂ ਨਹੀਂ ਹੈਗਾ, ਪਰ ਇੱਕ ਬੜੀ ਵੱਡੀ ਬਹੁਤ ਵੱਡਾ ਟਿਪ ਆ ਇੱਕ ਕਿ ਜੇ ਕੱਲ੍ਹ ਨੂੰ ਤੁਸੀਂ ਕਿਸੇ ਕੁੜੀ ਦੇ ਨਾਲ ਰਿਲੇਸ਼ਨਸ਼ਿਪ 'ਚ ਵੀ ਹੁੰਦੇ ਜੇ, ਆਪਣੇ ਆਪ ਨੂੰ ਬਦਲੋ ਨਾ। ਇਹ ਨਾ ਸੋਚਿਓ ਕਿ ਯਾਰ ਮੇਰੀ ਸਹੇਲੀ ਕਹਿੰਦੀ ਤੂੰ ਜਿੰਮ ਨਾ ਜਾਇਆ ਕਰ ਅਤੇ ਉਹ ਮੈਨੂੰ ਜ਼ਿਆਦਾ ਪਿਆਰ ਕਰੂਗੀ, ਜੇ ਮੈਂ ਜਿੰਮ ਨਾ ਜਾਊਂਗਾ ਉਹਦੇ ਲਾਗੇ ਜ਼ਿਆਦਾ ਸਮਾਂ ਬਿਤਾਊਂਗਾ। ਇਸ ਚੀਜ਼ ਨੇ ਤੁਹਾਡੀ ਰਿਸਪੈਕਟ ਉਸ ਰਿਲੇਸ਼ਨਸ਼ਿਪ ਦੇ ਵਿੱਚ ਥਾਂ ਹੀ ਲੈ ਕੇ ਆਉਣੀ। ਕਦੀ ਵੀ ਇਹ ਨਾ ਸੋਚਿਓ ਕਿ ਜੋ ਉਹ ਕਹਿਣ ਡੀ ਉਹ ਮੈਂ ਸਾਰੀਆਂ ਚੀਜ਼ਾਂ ਮੰਨੂੰਗਾ ਅਤੇ ਉਹ ਮੈਨੂੰ ਹੋਰ ਪਿਆਰ ਕਰੂਗੀ। ਤੁਹਾਨੂੰ ਥੋੜ੍ਹੀ ਸਾਈਕੋਲੋਜੀ ਸਮਝਣੀ ਪੈਣੀ ਆ ਕਿ ਹਮੇਸ਼ਾ ਆਪਾਂ ਉਹ ਚੀਜ਼ਾਂ ਚੇਸ ਕਰਦੇ ਹਾਂ ਜਿਹੜੀਆਂ ਸਾਡੀ ਝੋਲੀ ਜਾ ਕੇ ਨਹੀਂ ਡਿੱਗਦੀਆਂ, ਜਿਹੜੀਆਂ ਸਾਨੂੰ ਇੰਸਟੈਂਟਲੀ ਨਹੀਂ ਮਿਲ ਜਾਂਦੀਆਂ। ਸੋ ਜੇ ਤੁਸੀਂ ਆਪਣੇ ਘਰ ਦੇ ਵਿੱਚ ਐਜ਼ ਅ ਮੈਨ ਰਿਸਪੈਕਟ ਚਾਹੁੰਦੇ ਜੇ, ਘਰ ਦਾ ਫਰੇਮ ਰਿਲੇਸ਼ਨਸ਼ਿਪ ਦਾ ਫਰੇਮ ਤੁਹਾਨੂੰ ਕੰਟਰੋਲ ਕਰਨਾ ਪੈਣਾ ਵਾ। ਤੁਸੀਂ ਸਾਰੇ ਰਿਲੇਸ਼ਨਸ਼ਿਪ ਦੀ ਡੋਰ ਆ ਜਿਹੜੀ ਆਪਣੀ ਸਹੇਲੀ ਨੂੰ ਨਹੀਂ ਦੇ ਸਕਦੇ ਕਿ ਮੇਰੀ ਸਹੇਲੀ ਨੇ ਕਿਹਾ ਕਿ 7 ਵਜੇ ਤੂੰ ਘਰ ਹੋਣਾ ਚਾਹੀਦਾ ਵਾ ਕਿਉਂਕਿ ਆਪਾਂ ਨਾਟਕ ਵੇਖਣਾ ਵਾ। ਹੁਣ ਤੁਸੀਂ ਆਪ ਸੋਚੋ ਇਹ ਚੀਜ਼ 4 ਬੰਦਿਆਂ 'ਚ ਬਹਿ ਕੇ ਤੁਸੀਂ ਦੱਸ ਸਕਦੇ ਕਿਸੇ ਨੂੰ ਕਿ ਨਹੀਂ ਯਾਰ ਮੈਂ ਘਰ ਨੂੰ ਜਾਣਾ ਕਿਉਂਕਿ 7 ਵਜੇ ਸਾਡੇ ਘਰ ਡਿਨਰ ਬਣਦਾ ਵਾ ਅਤੇ ਉਸ ਤੋਂ ਬਾਅਦ 7:30 ਆਪਾਂ ਨਾਟਕ ਵੇਖਣਾ ਹਿੰਦੀ। ਕਿੰਨੀ ਸੋਹਣੀ ਗੱਲ ਹੈ, ਐਗਜ਼ਾਮਪਲ ਦੇ ਰਿਹਾ ਮੈਂ, ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਰਦੇ ਜੇ, ਜੋ ਤੁਸੀਂ ਕਰਦੇ ਜੇ ਤੁਸੀਂ ਉਹ ਚੀਜ਼ ਨੂੰ ਇੱਥੇ ਇਨਸਰਟ ਕਰ ਸਕਦੇ ਜੇ ਇਕੱਠੇ ਕਿ ਹਾਂ ਆਪਾਂ ਆਫਕੋਰਸ ਜਿਹੜੀਆਂ ਡੇਟ ਨਾਈਟਸ ਹੋ ਗਈਆਂ ਜਿੱਥੇ ਤੁਸੀਂ ਡਿਨਰ ਕਰਨ ਜਾਂਦੇ ਜੇ ਬਾਹਰ ਜਾਂ ਆਪਣੀ ਸਹੇਲੀ ਨੂੰ ਲੈ ਕੇ ਜਾਂਦੇ ਜੇ ਕਿਤੇ ਡਿਜ਼ਰਟ ਖਾਣ ਹਫ਼ਤੇ 'ਚ 1-2 ਵਾਰ, ਉਹ ਟੋਟਲੀ ਚੀਜ਼ਾਂ ਐਕਸੈਪਟੇਬਲ ਆ ਕਿਉਂਕਿ ਉਹਨੂੰ ਵੀ ਵਧੀਆ ਲੱਗੂਗਾ ਕਿ ਹਾਂ ਮੇਰਾ ਬੋਏਫ੍ਰੈਂਡ ਮੈਨੂੰ ਘੁੰਮਾਉਂਦਾ ਫਿਰਾਉਂਦਾ, ਦੈਟਸ ਗੁੱਡ। ਪਰ ਜਦੋਂ ਆਪਾਂ ਆਪਣੇ ਆਪ ਨੂੰ ਬਦਲ ਮਾਰਦੇ ਹਾਂ ਨਾ ਕਿ ਹੁਣ ਮੇਰੀ ਸਹੇਲੀ ਹੈਗੀ ਆ ਬ੍ਰੋ, ਹੁਣ ਮੈਂ ਮੁੰਡਿਆਂ ਨਾਲ ਥੋੜ੍ਹੀ ਘੁੰਮਣਾ ਵਾ, ਹੈ ਨਾ, ਹੁਣ ਮੈਂ ਆਹ ਕੰਮ ਥੋੜ੍ਹੀ ਕਰਨਾ, ਹੁਣ ਤਾਂ ਮੇਰੀ ਸਹੇਲੀ ਹੈਗੀ ਆ ਬ੍ਰੋ। ਜੇ ਤੁਸੀਂ ਫੋਰ ਐਗਜ਼ਾਮਪਲ ਕਿਸੇ ਕਲੱਬ ਵਿੱਚ ਖੇਡਦੇ ਹੋ ਜਾਂ ਤੁਸੀਂ ਕਿਤੇ ਵੋਲੰਟਰੀ ਕਹਿ ਲਓ ਕੋਈ ਕੰਮ ਕਰਦੇ ਹੀ, ਤੁਸੀਂ ਜੇ ਉਹ ਚੀਜ਼ਾਂ ਨੂੰ ਛੱਡਣ ਡੇ ਆ ਜਸਟ ਬਿਕੋਜ਼ ਹੁਣ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਆ, ਫਿਰ ਤੁਸੀਂ ਐਜ਼ ਅ ਮੈਨ ਆਪਣੇ ਆਪ ਨਾਲ ਡਿਸਸਰਵਿਸ ਕਰਨ ਡੇ ਆ। ਆਪਣੀਆਂ ਹੋਬੀਜ਼, ਆਪਣੇ ਪੈਸ਼ਨ ਆ ਜਿਹੜੇ, ਉਹਨਾਂ ਨੂੰ ਕਿਉਂ ਸਾਈਡ 'ਤੇ ਰੱਖਣ ਡੇ ਬ੍ਰੋ? ਇਹਦਾ ਮਤਲਬ ਤੁਸੀਂ ਖੁਦ ਦੀ ਰਿਸਪੈਕਟ ਨਹੀਂ ਕਰਦੇ, ਤੁਸੀਂ ਜਿਹੜੇ ਆਪਣੇ ਤੁਹਾਡੇ ਫੈਸਲੇ ਆ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ। ਜੇ ਤੁਸੀਂ ਇੰਨੀ ਈਜ਼ੀਲੀ ਉਹ ਚੀਜ਼ਾਂ ਗਿਵ ਅਪ ਕਰ ਸਕਦੇ ਹੋ ਕਿਉਂਕਿ ਹੁਣ ਤੁਹਾਡੀ ਗਰਲਫ੍ਰੈਂਡ ਹੈਗੀ, ਜਿਹੜੀਆਂ ਚੀਜ਼ਾਂ ਤੁਸੀਂ ਪਿਛਲੇ 3-4-5 ਸਾਲਾਂ ਤੋਂ ਕਰਦੇ ਹੋਣ ਡੇ, ਜੇ ਤੁਸੀਂ ਆਪਣੀ ਰਿਸਪੈਕਟ ਨਹੀਂ ਕਰਨੇ ਫਿਰ ਤੁਸੀਂ ਇਹ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਇੱਕ ਕੁੜੀ ਜਿਹਨੂੰ ਤੁਸੀਂ 6 ਮਹੀਨੇ ਪਹਿਲਾਂ ਮਿਲੇ ਆ ਉਹ ਤੁਹਾਡੀ ਰਿਸਪੈਕਟ ਕਰੇ? ਹੁਣ ਸਾਧ ਸਤੀ ਵਾਲੇ ਟਾਈਮ ਥੋੜ੍ਹਾ, ਹੈ ਨਾ, ਜੇ ਪੁਰਾਣੇ ਸਮੇਂ ਹੁੰਦੇ ਫਿਰ ਮੈਂ ਕਹਿੰਦਾ ਕਿ ਨਹੀਂ ਕੋਈ ਗੱਲ ਨਹੀਂ ਬ੍ਰੋ, ਇੱਕ ਵਾਰੀ ਜਿੱਥੇ ਲੱਗ ਗਈ, ਹੈ ਨਾ, ਜਿੱਥੇ ਤੁਹਾਡਾ ਵਿਆਹ ਹੋ ਗਿਆ ਹੋ ਗਿਆ। ਇਸ ਟਾਈਮ ਜ਼ਮਾਨਾ ਵਾ ਜਿਹੜਾ ਬ੍ਰੋ ਬਹੁਤ ਜ਼ਿਆਦਾ ਅੱਗੇ ਲੰਘ ਚੁੱਕਾ ਵਾ, ਅਤੇ ਐਜ਼ ਅ ਮੈਨ ਤੁਹਾਨੂੰ ਇਹ ਚੀਜ਼ਾਂ ਅੰਡਰਸਟੈਂਡ ਕਰਨੀਆਂ ਪੈਣੀਆਂ ਵਾ ਕਿ ਆਹ ਹੁਣ ਜੋ ਮੈਂ ਤੁਹਾਨੂੰ ਦੱਸਣ ਡਿਆ ਤੁਹਾਨੂੰ ਮੇਰੇ ਹਿਸਾਬ ਨਾਲ ਇਸ ਲਾਈਫ ਦੇ ਵਿੱਚ ਤਾਂ ਕਿਸੇ ਨੇ ਨਹੀਂ ਆ ਕੇ ਸਮਝਾਉਣਾ, ਅਤੇ ਕੱਲ੍ਹ ਨੂੰ ਜਦੋਂ ਤੁਸੀਂ ਠੋਕਰ ਖਾਧੀ ਫਿਰ ਗਾਂਹ ਜਾ ਕੇ, ਠੋਕਰ ਖਾਣ ਤੋਂ 2-3 ਸਾਲਾਂ ਬਾਅਦ ਜਾ ਕੇ ਤੁਹਾਨੂੰ ਸਮਝ ਆਉਣੀ ਹੈ ਕਿ ਐਕਚੁਅਲੀ ਆਹ ਰੀਜ਼ਨ ਸੀਗਾ ਕਿ ਮੇਰੀ ਸਹੇਲੀ ਉਦੋਂ ਮੈਨੂੰ ਪ੍ਰੋਪਰਲੀ ਟ੍ਰੀਟ ਨਹੀਂ ਕਰਨ ਡੀ ਕਿਉਂਕਿ
ਮੈਂ ਕੰਪਲੇਸੈਂਟ ਹੋ ਗਿਆ ਸੀ, ਮੈਂ ਜਿਹੜੀਆਂ ਚੀਜ਼ਾਂ ਕਰਦਾ ਹੁੰਦਾ ਹਾਂ ਉਹ ਮੈਂ ਗਿਵ ਅਪ ਕਰਦੀ ਸੀ, ਕਿਉਂਕਿ ਮੈਨੂੰ ਲੱਗਾ ਮੇਰੀ ਤਾਂ ਸਹੇਲੀ ਬੜੀ ਸੋਹਣੀ ਹੈ ਅਤੇ ਮੈਂ ਉਹਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਾਂ, ਅਤੇ ਉਹ ਵੀ ਕਹਿੰਦੀ ਹੁੰਦੀ ਸੀ ਕਿ ਤੂੰ ਕਿੱਥੇ ਚੱਲਿਆ ਵਾ, ਆ ਜਾਗਾ ਟੀ ਵੀ ਵਹਿੰਦੇ ਹਾਂ, ਜਾਂ ਤੂੰ ਕਿੱਥੇ ਚੱਲਿਆ ਵਾ, ਚੱਲ ਇਕੱਠੇ ਕੁਕਿੰਗ ਕਰਦੇ ਹਾਂ, ਹੈ ਨਾ। ਅਫਕੋਰਸ ਆਹ ਚੀਜ਼ਾਂ ਮਾੜੀਆਂ ਨਹੀਂ ਆ, ਪਰ ਜਦੋਂ ਇਹ ਇੱਕ ਡੇਲੀ ਰੂਟੀਨ ਬਣ ਜਾਂਦੀ ਨਾ ਤੁਹਾਡੀ, ਫਿਰ ਤੁਹਾਡੀ ਕਹਾਣੀ ਖਤਮ ਆ ਬ੍ਰੋ। ਕਿਉਂਕਿ ਜਿੱਦਾਂ ਮੈਂ ਅੱਗੇ ਇੱਕ ਵਿਲਨ ਵਾਲੀ ਐਗਜ਼ਾਮਪਲ ਦੇਣ ਡਿਆ ਹਾਂ, ਜਦੋਂ ਕਿਸੇ ਵੀ ਕੁੜੀ ਨੂੰ ਪਤਾ ਲੱਗ ਜਾਂਦਾ ਨਾ ਕਿ ਉਹਨੇ ਆਹ ਵਿਲਨ ਆ ਜਿਹੜਾ ਉਹਨੂੰ ਖਤਮ ਕਰਤਾ ਵਾ, ਉਹਨੂੰ ਮਾਰ ਦਿੱਤਾ ਹੋਇਆ ਵਾ, ਦੈਟਸ ਇਟ ਬ੍ਰੋ। ਉਹਦੇ ਮਨ 'ਚ ਹੁਣ ਬਾਹਰ ਜਦੋਂ ਉਹਨੇ ਕਿਸੇ ਹੋਰ ਇਨਸਾਨ ਨੂੰ ਵੇਖਣਾ ਵਾ ਜਿਹੜਾ ਇੱਕ ਵਿਲਨ ਦੇ ਰੂਪ 'ਚ ਉਹਨੂੰ ਟੱਕਰਦਾ ਵਾ ਜਾਂ ਉਹਨੂੰ ਦੀਦਾ ਵਾ ਕਿ ਆਹ ਆਹ ਬੰਦੇ ਦੀ ਗੱਲ ਹੈ, ਹੈ ਨਾ, ਉਹਨੇ ਇਮੀਡੀਏਟਲੀ ਬ੍ਰੋ ਉਸ ਇਨਸਾਨ ਨਾਲ ਤੁਹਾਨੂੰ ਕੰਪੇਅਰ ਕਰਕੇ ਵੇਖਣਾ ਵਾ, ਅਤੇ ਫਿਰ ਕਹਿਣਾ, ਜਾਂ ਜੇ ਹੁਣ ਉਹਦੀ ਕੋਈ ਸਹੇਲੀ ਹੈ ਫੋਰ ਐਗਜ਼ਾਮਪਲ, ਹੈ ਨਾ, ਅਤੇ ਉਹ ਆ ਕੇ ਉਹਨੂੰ ਆਪਣੇ ਬੋਏਫ੍ਰੈਂਡ ਦੀ ਗੱਲ ਦੱਸਦੀ ਕਿ ਹਾਂ ਮੇਰਾ ਬੋਏਫ੍ਰੈਂਡ ਜਿਹੜਾ ਉਹ ਜਿਮ ਗਿਆ ਵਾ ਅਤੇ ਮੈਂ ਘਰ ਬੋਰ ਹੋਣੀ ਰਹਿੰਦੀ ਹਾਂ, ਮੈਂ ਉਹਨੂੰ ਬੜੀ ਵਾਰੀ ਕਿਹਾ ਕਿ ਨਾ ਜਾਇਆ ਕਰ, ਉਹ ਮੇਰੀ ਗੱਲ ਨਹੀਂ ਮੰਨਦਾ। ਇਹ ਨਾ ਸੋਚਿਓ ਕਿ ਤੁਹਾਡੀ ਗਰਲਫ੍ਰੈਂਡ ਆ ਜਿਹੜੀ ਉਹਨੇ ਆਹ ਚੀਜ਼ ਸੁਣ ਕੇ ਅਤੇ ਬੜਾ ਪ੍ਰਾਊਡ ਫੀਲ ਕਰਨਾ ਕਿ ਐਕਚੁਲੀ ਮੇਰਾ ਬੋਏਫ੍ਰੈਂਡ ਮੇਰੀ ਗੱਲ ਮੰਨਦਾ, ਉਹਨੂੰ ਮੈਂ ਕਿਹਾ ਸੀ ਕੱਲ੍ਹ ਜਿਮ ਨਾ ਜਾਈ, ਜਾਂ ਉਹਨੂੰ ਮੈਂ ਕੱਲ੍ਹ ਕਿਹਾ ਸੀ ਕਿ ਆਪਣੇ ਯਾਰਾਂ ਨੂੰ ਘੁੰਮਣ ਨਾ ਜਾਈ ਅਤੇ ਉਹ ਨਹੀਂ ਗਿਆ। ਬਰੋ ਤੁਸੀਂ ਕਿਸੇ ਦੇ ਨਿਆਣੇ ਨਹੀਂ ਆ, ਤੁਸੀਂ ਕਿਸੇ ਦੇ ਬੱਚੇ ਨਹੀਂ ਆ। ਐਜ਼ ਅ ਮੈਨ ਜਿਹੜਾ ਰਿਲੇਸ਼ਨਸ਼ਿਪ ਆ ਉਹਦਾ ਫਰੇਮ ਜਿਹੜਾ ਉਹ ਤੁਸੀਂ ਕੰਟਰੋਲ ਕਰਨਾ ਵਾ। ਜੇ ਤੁਹਾਨੂੰ ਲੱਗਦਾ ਵਾ ਕਿ ਅੱਜ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਜਾਣਾ ਚਾਹੁੰਦੇ ਜੇ, ਤੁਹਾਨੂੰ ਜਾਣਾ ਚਾਹੀਦਾ ਵਾ। ਜੇ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਅੱਜ ਕ੍ਰਿਕਟ ਦੀ ਪ੍ਰੈਕਟਿਸ 'ਤੇ ਜਾਣਾ ਚਾਹੁੰਦੇ ਜੇ, ਤੁਹਾਨੂੰ ਜਾਣਾ ਚਾਹੀਦਾ। ਜੇ ਤੁਹਾਨੂੰ ਲੱਗਦਾ ਤੁਸੀਂ ਅੱਜ ਜਿਮ ਜਾਣਾ ਚਾਹੁੰਦੇ, ਤੁਹਾਨੂੰ ਜਾਣਾ ਚਾਹੀਦਾ ਵਾ। ਉਹਦੇ ਨਾਲ ਤੁਹਾਡੀ ਗਰਲਫ੍ਰੈਂਡ ਦੇ ਮਨ 'ਚ ਸਿਰਫ ਤੁਹਾਡੇ ਪ੍ਰਤੀ ਰਿਸਪੈਕਟ ਵਧਣੀ ਆ ਕਿ ਮੈਂ ਇਹਨੂੰ ਬੜਾ ਜ਼ੋਰ ਲਾਇਆ ਪਰ ਇਹ ਡੈਡੀਕੇਟਡ ਆ, ਜਿਹੜੀਆਂ ਚੀਜ਼ਾਂ ਇਹਨੂੰ ਕਰਨ ਦੀ ਲੋੜ ਉਹ ਕਰ ਰਿਹਾ ਵਾ, ਰਾਦਰ ਦੈਨ ਕਿ ਇੱਕ ਕੁੜੀ ਨੂੰ ਵੇਖ ਕੇ, ਕੁੜੀ ਦਾ ਸਰੀਰ ਵੇਖ ਕੇ। ਜੇ ਬ੍ਰੋ ਇੱਕ ਕੁੜੀ ਦਾ ਸਰੀਰ ਤੁਹਾਨੂੰ ਬੰਨ ਕੇ ਰੱਖ ਸਕਦਾ ਵਾ ਨਾ, ਫਿਰ ਤੁਸੀਂ ਇੱਕ ਰੀਅਲ ਮੈਨ ਨਹੀਂ ਆ। ਇਹਨਾਂ ਚੀਜ਼ਾਂ ਨੂੰ ਤੁਹਾਨੂੰ ਉੱਤੇ ਉੱਠਣਾ ਪੈਣਾ ਵਾ। ਆਪਣਾ ਜਿਹੜਾ ਜਦੋਂ ਤੁਸੀਂ ਸਿੰਗਲ ਹੁੰਦੇ ਆ ਉਦੋਂ ਤੁਸੀਂ ਬੜੇ ਡਿਟਰਮਿਨਡ ਹੁੰਦੇ ਆ, ਉਦੋਂ ਬੜੇ ਤੁਸੀਂ ਡੈਡੀਕੇਟਡ ਆ, ਪਰ ਐਜ਼ ਸੂਨ ਐਜ਼ ਤੁਹਾਡੀ ਜ਼ਿੰਦਗੀ 'ਚ ਇੱਕ ਕੁੜੀ ਆ ਜਾਂਦੀ ਆ, ਤੁਸੀਂ ਆਪਣੀ ਪਿਛਲੀ 3-4-5-6 ਸਾਲਾਂ ਦੀ ਮਿਹਨਤ ਆ ਜਿਹੜੀ ਉਹ ਖੂਹ 'ਚ ਪਾ ਦਿੰਦੇ ਇਮੀਡੀਏਟਲੀ, ਜਾਂ ਵੱਧ ਤੋਂ ਵੱਧ 6 ਮਹੀਨਿਆਂ 'ਚ। ਅਤੇ ਬੜੇ ਜਾਣੇ ਵੇਖੇ ਆ ਮੈਂ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੇ ਜਿਨ੍ਹਾਂ ਨੇ ਵਧੀਆ ਸਰੀਰ ਬਣਾਏ ਸੀ ਬ੍ਰੋ, ਫੱਬਦੇ ਹੀ ਕੱਪੜੇ, ਲੀੜਾ ਲੱਤਾ ਫੱਬਦਾ, ਸੋਹਣੇ ਲੱਗਦੇ, ਤਾਂ ਕਰਕੇ ਉਹ ਕੁੜੀਆਂ ਉਹਨਾਂ ਨਾਲ ਰਿਲੇਸ਼ਨਸ਼ਿਪ 'ਚ ਆਈਆਂ, ਹੈ ਨਾ, ਅਤੇ ਉਹਨਾਂ ਨੂੰ ਬਾਅਦ 6 ਮਹੀਨਿਆਂ ਬਾਅਦ ਵੇਖੀਏ ਮੂੰਹ ਉਹਨਾਂ ਦੇ ਇੱਥੇ ਆਏ ਹੁੰਦੇ, ਢਿੱਡ ਬਾਹਰ ਨੂੰ ਆਇਆ ਹੁੰਦਾ, ਅਤੇ ਜੇ ਤੁਸੀਂ ਪੁੱਛੋ ਕੀ ਹੋਇਆ ਬ੍ਰੋ ਜਿਮ ਜਾਣਾ ਛੱਡਦਾ, ਹਾਂ ਯਾਰ ਟਾਈਮ ਨਹੀਂ ਲੱਗਦਾ ਤੈਨੂੰ ਪਤਾ ਘਰ ਹੀ, ਹੈ ਨਾ, ਬਹਾਨਾ ਜਿਹਾ ਮਾਰ ਦੇਣਗੇ। ਅਤੇ ਉਸ ਤੋਂ ਬਾਅਦ ਜੇ ਕਿਤੇ ਤੁਹਾਡਾ ਕੋਈ ਕਲੋਜ਼ ਬੰਦਾ ਵਾ ਫਿਰ ਉਹ ਤੁਹਾਨੂੰ ਦੱਸੂਗਾ ਯਾਰ ਪਹਿਲਾਂ ਮੇਰੀ ਸਹੇਲੀ ਵਧੀਆ ਚੱਲਦਾ ਸੀ ਸਭ ਕੁਝ, ਹੁਣ ਉਹ ਗੱਲ ਜੀ ਨਹੀਂ ਰਹੀ, ਰਿਸਪੈਕਟ ਜੀ ਨਹੀਂ ਕਰਦੀ ਮੇਰੀ, ਅਤੇ ਹੁਣ ਉਹਦਾ ਕਸੂਰ ਇਹਦੇ ਵਿੱਚ ਕਿਹਦਾ ਤੁਸੀਂ ਦੱਸੋ। ਉਹ ਕੁੜੀ ਸੇਮ ਆ ਬ੍ਰੋ, ਕੁੜੀ ਸੇਮ ਆ, ਜੇ ਤੁਸੀਂ ਉਹਨੂੰ ਸੇਮ ਵਰਜ਼ਨ ਆ ਜਿਹੜਾ ਉਹ ਕੰਟੀਨਿਊਸਲੀ ਦਿੰਦੇ ਰਹੋ, ਜਿਹੜਾ ਵਰਜ਼ਨ ਉਹਨੂੰ ਸ਼ੁਰੂ 'ਚ ਟੱਕ ਰਿਹਾ ਸੀ, ਜਿਹੜਾ ਇੱਕ ਮੁੰਡਾ ਡੈਡੀਕੇਟਡ ਸੀਗਾ ਆਪਣੇ ਗੋਲਸ 'ਤੇ, ਆਪਣੀ ਫਿਜ਼ੀਕ ਨੂੰ ਲੈ ਕੇ, ਆਪਣੇ ਖਾਣ ਪੀਣ ਨੂੰ ਲੈ ਕੇ, ਆਪਣੀ ਜਿਹੜੀ ਉਹਦੀ
ਕਹਿ ਲਓ ਕਿ ਰੂਟੀਨ ਸੀਗੀ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ, ਅਤੇ ਹੁਣ ਉਹਨੇ ਸਭ ਕੁਝ ਇੱਕਦਮ ਜਾਂ ਹੌਲੀ ਹੌਲੀ ਗਿਵ ਅਪ ਕਰਤਾ ਕਿ ਤੁਸੀਂ ਉਸ ਕੁੜੀ ਦੇ ਨਾਲ ਜਸਟਿਸ ਕਰਨ ਡੇ ਜੋ। ਇਹ ਤਾਂ ਉਹ ਗੱਲ ਹੋ ਗਈ ਨਾ ਕਿ ਆਪਾਂ ਇੱਕ ਮਾਰਕੀਟ ਲੱਗੀ ਆ ਅਤੇ ਉੱਥੋਂ ਕੁਝ ਲੈ ਕੇ ਆਈਏ ਅਤੇ ਡੱਬੇ ਦੇ ਉੱਤੇ ਬੜਾ ਕੁਝ ਵਗਿਆ ਹੋਏ, ਬੜੀਆਂ ਫੀਚਰਸ ਲਿਖੀਆਂ ਹੋਣ, ਹੈ ਨਾ, ਅਤੇ ਆਪਾਂ ਉਹਨੂੰ ਖਰੀਦ ਲਈਏ ਅਤੇ ਘਰ ਆ ਕੇ ਵੇਖੀਏ ਅਤੇ ਉਹ ਜੋ ਡੱਬੇ 'ਤੇ ਲਿਖਿਆ ਜਾਂ ਡੱਬੇ 'ਤੇ ਜਿਹੜੀਆਂ ਫੀਚਰ ਸੀਗੀਆਂ ਉਹ ਮੈਚ ਨਾ ਹੋਣ ਜਿਹੜਾ ਉਹਨੂੰ ਪ੍ਰੋਡਕਟ ਮਿਲਿਆ। ਫਿਰ ਹੋਈ ਤਾਂ ਉਹਨਾਂ ਧੱਕੇਸ਼ਾਹੀ ਹੈ। ਫਿਰ ਆਪਾਂ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਆਪਾਂ ਉਸ ਪ੍ਰੋਡਕਟ ਦੀ ਰਿਸਪੈਕਟ ਕਰਾਂਗੇ, ਆਪਾਂ ਇਹਨਾਂ ਨੂੰ ਉਗਾ ਕੇ ਮਾਰ ਪਰੇ, ਇਹਨਾਂ ਨੇ ਤਾਂ ਗਲਤ ਚੀਜ਼ ਦੇ ਦਿੱਤੀ ਸਾਨੂੰ। ਸੋ ਉਹ ਰੀਅਲ ਲਾਈਫ ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ ਵਾ, ਤੁਹਾਡੇ ਨਾਲ ਵੀ ਹੋ ਰਹੀਆਂ ਹੋਣਗੀਆਂ, ਜਾਂ ਕੱਲ੍ਹ ਨੂੰ ਜੇ ਤੁਹਾਡੀ ਸਹੇਲੀ ਆਉਂਦੀ ਹੈ ਜੋ ਹੁਣ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਵਾ, ਤੁਸੀਂ ਇਹਨਾਂ 'ਤੇ ਗੌਰ ਨਹੀਂ ਕਰਦੇ, ਤੁਸੀਂ ਆਪਣਾ ਫਰੇਮ ਆ ਜਿਹੜਾ ਉਹਨੂੰ ਬਣਾ ਕੇ ਨਹੀਂ ਰੱਖਦੇ, ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਕੰਟੀਨਿਊਸਲੀ ਜਿਹੜੀਆਂ ਹੈਬਿਟਸ ਆ ਜਾਂ ਜਿਹੜੀ ਤੁਹਾਡੀ ਰੂਟੀਨ ਆ ਉਹ ਗਿਵ ਅਪ ਕਰ ਦਿੰਦੇ, ਕਿਉਂਕਿ ਹੁਣ ਤੁਹਾਡੀ ਸਹੇਲੀ ਆ, ਤੁਸੀਂ ਉਹਨਾਂ ਜ਼ਿਆਦਾ ਟਾਈਮ ਸਪੈਂਡ ਕਰਨਾ ਵਾ। ਇਹ ਗੱਲ ਮੈਂ ਲਿਖ ਕੇ ਦੇ ਸਕਦਾ ਵਾਂ, ਜਿੰਨਾ ਵੱਧ ਟਾਈਮ ਤੁਸੀਂ ਸਪੈਂਡ ਕਰਨਾ ਸ਼ੁਰੂ ਕਰਤਾ ਨਾ ਆਪਣੇ, ਕਹਿ ਲਓ ਆਪਣੀ ਰੂਟੀਨ ਤੋਂ ਹਟ ਕੇ, ਆਪਣੇ ਗੋਲ ਤੋਂ ਹਟ ਕੇ, ਓਨੀ ਛੇਤੀ ਉਸ ਕੁੜੀ ਦੇ ਮਨ 'ਚ ਤੁਹਾਡੇ ਪ੍ਰਤੀ ਰਿਸਪੈਕਟ ਆ ਜਿਹੜੀ ਉਹ ਡਰੋਪ ਹੁੰਦੀ ਜਾਣੀ ਆ। ਅਤੇ ਇਹ ਕੋਈ ਉਹ ਨਹੀਂ ਹੈ ਕਿ ਕਈਆਂ ਕਹਾਈਆਂ ਗੱਲਾਂ ਵਾ, ਨਹੀਂ ਬ੍ਰੋ, ਇਹ ਐਕਚੁਅਲ 'ਚ ਚੀਜ਼ਾਂ ਹੁੰਦੀਆਂ ਵਾ। ਤੁਸੀਂ ਅਜਮਾ ਕੇ ਵੇਖ ਲਓ ਆਪਣੇ ਲਾਗੇ ਛਾਗੇ, ਜਿਹੜਾ ਤੁਹਾਡਾ ਕੋਈ ਕਲੋਜ਼ ਸੱਜਣ ਮਿੱਤਰ ਆ, ਜੇ ਤੁਹਾਡੀ ਗਰਲਫ੍ਰੈਂਡ ਜਾਂ ਪਾਰਟਨਰ ਜਾਂ ਵਾਈਫ ਨਹੀਂ ਹੈਗੀ, ਉਹਨਾਂ ਨੂੰ ਪੁੱਛਿਓ ਕਿ ਬ੍ਰੋ ਜਦੋਂ ਤੂੰ ਆਹ ਕੁੜੀ ਨੂੰ ਮਿਲਿਆ ਸੀ ਅਤੇ ਹੁਣ ਤੈਨੂੰ ਲੱਗਦਾ ਵਾ ਕਿ ਰਿਸਪੈਕਟ ਦੇ ਵਿੱਚ ਫਰਕ ਆ, ਇਹ ਤੈਨੂੰ ਕਿਹੜੇ ਨਜ਼ਰੀਏ ਨਾਲ ਹੁਣ ਮਹਿੰਦੀ ਆ ਅਤੇ ਉਦੋਂ ਕਿਹੜੇ ਨਜ਼ਰੀਏ ਨਾਲ ਮਹਿੰਦੀ। 90% ਲੋਕ ਅਫਕੋਰਸ ਜੇ ਤੁਹਾਡੇ ਨਾਲ ਪ੍ਰੋਪਰਲੀ ਕਲੋਜ਼ ਆ, ਜੇ ਤੁਹਾਡੇ ਨਾਲ ਗੱਲਾਂ ਕਰ ਲੈਂਦੇ ਆ, 90% ਲੋਕ ਕਹਿਣਗੇ ਹਾਂ ਯਾਰ ਪਹਿਲਾਂ ਇੱਦਾਂ ਹੀ, ਵਿਆਹ ਤੋਂ ਬਾਅਦ ਇੱਦਾਂ ਹੋ ਗਿਆ, ਜਾਂ ਪਹਿਲਾਂ ਇੱਦਾਂ ਹੀ, ਹੁਣ ਉਹਨੂੰ 2 ਸਾਲ ਹੋ ਗਏ ਰਿਲੇਸ਼ਨਸ਼ਿਪ ਦੇ ਵਿੱਚ, ਹੁਣ ਇੱਦਾਂ ਆ। ਅਤੇ ਉਹਦਾ ਰੀਜ਼ਨ ਇਹੋ ਹੀ ਹੈ ਕਿ ਬ੍ਰੋ ਤੁਹਾਨੂੰ ਹਰ ਕੋਈ ਨਿੱਕੀ ਨਿੱਕੀ ਗੱਲ ਮੰਨਣ ਦੀ ਲੋੜ ਨਹੀਂ ਆ, ਤੁਸੀਂ ਐਜ਼ ਅ ਮੈਨ ਆਪਣਾ ਫਰੇਮ ਮੇਨਟੇਨ ਰੱਖਣਾ। ਜੇ ਤੁਸੀਂ ਹਰ ਗੱਲ 'ਤੇ ਹਾਂ 'ਚ ਹਾਂ ਹੀ ਮਿਲਾਈ ਜਾਣੀ ਹੈ ਨਾ, ਫਿਰ ਉੱਥੇ ਰਜਿਸਟੈਂਸ ਨਹੀਂ ਰਹਿ ਜਾਂਦਾ, ਉੱਥੇ ਜਿਹੜੇ ਇਨਸਾਨ 'ਚ ਟੈਸਟੋਸਟਰੋਨ ਆ ਨਾ, ਮੁੰਡਿਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਟੈਸਟੋਸਟਰੋਨ ਹਾਈ ਆ ਨਾ, ਨੈਚੁਰਲੀ ਉਹ ਜ਼ਿਆਦਾ ਹਾਂ 'ਚ ਹਾਂ ਨਹੀਂ ਮਿਲਾਉਂਦੇ ਕਿਸੇ ਨਾਲ, ਉਹ ਭਾਵੇਂ ਕੁੜੀਆਂ ਭਾਵੇਂ ਮੁੰਡੇ ਆ, ਜ਼ਿਆਦਾ ਹਾਂ 'ਚ ਹਾਂ ਨਹੀਂ ਮਿਲਾਉਂਦੇ ਅਤੇ ਨਾ ਹੀ ਜ਼ਿਆਦਾ ਹਲਾ ਹਲਾ ਰੌਲਾ ਪਾਉਂਦੇ ਆ, ਬੜਾ ਸ਼ਾਂਤ ਸੁਭਾਅ ਹੁੰਦਾ ਉਹਨਾਂ ਦਾ। ਬਸ ਸ਼ਾਂਤ ਇਨ ਦਾ ਸੈਂਸ ਕਿ ਜ਼ਿਆਦਾ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮੈਂ ਆਪਣੀ ਜਿਹੜੀ ਪ੍ਰੈਜੈਂਸ ਆ ਉਹ ਫੀਲ ਕਰਾਵਾਂ, ਉਹਨਾਂ ਦੀ ਪ੍ਰੈਜੈਂਸ ਇੱਦਾਂ ਦੀ ਹੁੰਦੀ ਕਿ ਆਟੋਮੈਟਿਕਲੀ ਫੀਲ ਹੁੰਦੀ ਜਦੋਂ ਕਿਤੇ ਕਮਰੇ 'ਚ ਹੋਣ, ਰੂਮ 'ਚ ਹੋਣ, ਮਤਲਬ ਕਿ ਜਿਹੜਾ ਉਹਨਾਂ ਦਾ ਐਂਗਰ ਆ, ਜਿਹੜਾ ਵਾਇਲੈਂਸ ਆ, ਉਹ ਉਹਨਾਂ ਦੇ ਵਿੱਚ ਹੁੰਦਾ ਵਾ ਪਰ ਉਹਨਾਂ ਨੇ ਕੰਟਰੋਲ ਕੀਤਾ ਹੁੰਦਾ ਵਾ। ਸੋ ਮੇਰੀ ਰਿਕੁਐਸਟ ਤੁਹਾਨੂੰ ਇਹੋ ਹੀ ਆ ਕਿ ਇੱਕ ਕੁੜੀ ਕਰਕੇ ਜਾਂ ਕੁੜੀ ਦੇ ਸਰੀਰ ਕਰਕੇ ਆਪਣੇ ਜਿਹੜੇ ਗੋਲਸ ਆ, ਆਪਣੀ ਰੂਟੀਨ ਆ, ਜਿਹੜੇ ਤੁਹਾਡੇ ਕਹਿ ਲਓ ਕਿ ਜਿਹੜੀਆਂ ਹੈਬਿਟਸ ਆ ਡੇਲੀ, ਜਾਂ ਜਿਹੜਾ ਜੋ ਚੀਜ਼ ਤੁਹਾਡੀ ਤੁਹਾਡਾ ਪੈਸ਼ਨ ਆ, ਉਹਨੂੰ ਗਿਵ ਅਪ ਨਾ ਕਰੋ ਬ੍ਰੋ। ਜੇ ਕੋਈ ਵੀ ਕੁੜੀ ਤੁਹਾਡੀ ਜ਼ਿੰਦਗੀ 'ਚ ਆਈ ਆ, ਉਹ ਤੁਹਾਡੀ ਕਰੰਟ ਲਾਈਫ ਨੂੰ ਵੇਖ ਕੇ ਫਿਰ ਆਈ ਆ, ਉਹਨੂੰ ਇਹ ਨਹੀਂ ਪਤਾ ਤੁਸੀਂ 10 ਸਾਲ ਪਹਿਲਾਂ ਕਿੱਦਾਂ ਦੇ ਸੀ, ਅਤੇ ਨਾ ਹੀ ਉਹਨੂੰ ਇਹ ਪਤਾ ਕਿ ਤੁਸੀਂ 10 ਸਾਲ ਬਾਅਦ ਕਿੱਦਾਂ ਦੇ ਹੋਣਾ ਵਾ। ਇਸ ਟਾਈਮ ਜਿਹੜੀ ਤੁਹਾਡੀ ਕਰੰਟ ਸਟੇਟ ਆ ਨਾ, ਜੋ ਜਿੱਦਾਂ ਦੀ ਤੁਹਾਡੀ ਪਰਸਨੈਲਿਟੀ ਆ, ਹੈਬਿਟਸ ਆ, ਆਲੇ ਦੁਆਲਾ ਜੋ ਵੀ ਤੁਹਾਡਾ ਆਲਾ ਦੁਆਲਾ ਵਾ, ਉਹਨੂੰ ਵੇਖ ਕੇ ਉਹਨੂੰ ਲੱਗਾ ਵਾ। ਇਹ ਨਾ ਸੋਚੋ ਕਿ ਉਹਨੇ ਘਰੇ ਮੇਰੀ ਸੀਰਤ ਚੈੱਕ ਕਰ ਲਈ ਆ,
ਇੱਦਾਂ ਦਾ ਬ੍ਰੋ ਆਹ ਚੀਜ਼ਾਂ ਨਹੀਂ ਰਹਿ ਗਈਆਂ ਅੱਜ ਕੱਲ੍ਹ, ਐਵਰੀਵਨ ਪ੍ਰੈਕਟੀਕਲ ਆ ਸਾਰੇ ਜਾਣੇ। ਸੋ ਹੁਣ ਐਂਡ ਦਾ ਡੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗਰਲਫ੍ਰੈਂਡ, ਸਹੇਲੀ, ਵਾਈਫ, ਪਾਰਟਨਰ ਤੁਹਾਡੀ ਰਿਸਪੈਕਟ ਕੰਟੀਨਿਊਸਲੀ ਕਰਦੀ ਰਹੇ, ਤੁਹਾਡੀ ਜੋਬ ਆ ਕਿ ਤੁਸੀਂ ਉਹ ਚੀਜ਼ਾਂ ਕਰਦੇ ਰਹੋ ਜਿਹੜੀਆਂ ਚੀਜ਼ਾਂ ਤੁਸੀਂ ਉਦੋਂ ਕਰ ਰਹੇ ਹੋ ਜਦੋਂ ਉਹ ਤੁਹਾਨੂੰ ਮਿਲੀ ਸੀ। ਆਪਣੇ ਆਪ ਨੂੰ ਬਦਲੋ ਨਾ, ਮਤਲਬ ਸਿੰਪਲ ਭਾਸ਼ਾ ਦੇ ਵਿੱਚ ਕਿ ਆਪਣੇ ਆਪ ਨੂੰ ਬਦਲੋ ਨਾ। ਆਫਕੋਰਸ ਕੱਲ੍ਹ ਨੂੰ ਤੁਹਾਡੀ ਫੈਮਿਲੀ ਆ, ਜੇ ਤੁਹਾਡੀ ਵਾਈਫ ਤੁਹਾਡੀ ਰਿਸਪੈਕਟ ਨਹੀਂ ਕਰਨ ਦੀ ਜਾਂ ਤੁਹਾਡੀ ਪਾਰਟਨਰ ਗਰਲਫ੍ਰੈਂਡ ਤੁਹਾਡੀ ਰਿਸਪੈਕਟ ਨਹੀਂ ਕਰਨ ਦੀ, ਤੁਹਾਨੂੰ ਲੱਗਦਾ ਯਾਰ ਆਹ ਸੋਹਣੀ ਬੜੀ ਹੈ, ਮੈਂ ਨਹੀਂ ਚਾਹੁੰਦਾ ਇੰਨਾ ਬ੍ਰੇਕਅਪ ਕਰਨਾ, ਤੁਹਾਨੂੰ ਲੱਗਦਾ ਤੁਹਾਡੇ ਨਿਆਣੇ ਕੱਲ੍ਹ ਨੂੰ ਤੁਹਾਡੀ ਰਿਸਪੈਕਟ ਕਰਨਗੇ। ਸੋ ਮੇਰਾ ਭਰਾ, ਜਿਹੜੀ ਸੁੰਦਰਤਾ ਵਾ, ਜਿਹੜੀ ਬਿਊਟੀ ਹੈ ਨਾ, ਉੱਤੇ ਨਾ ਸਭ ਕੁਝ ਰਿਲਾਏ ਹੋਣ ਦਿਉ। ਤੁਹਾਨੂੰ ਇਹ ਵੀ ਵੇਖਣਾ ਪੈਣਾ ਵਾ ਕਿ ਇਹ ਇਨਸਾਨ ਜੈਨੂਨਲੀ ਹੈ ਨਾ, ਮੇਰੇ ਪ੍ਰਤੀ ਇਹਦੇ ਮਨ 'ਚ ਜੈਨੂਨਲੀ ਰਿਸਪੈਕਟ ਹੈਗੀ ਹੈ ਕਿ ਨਹੀਂ ਹੈਗੀ। ਆਫਕੋਰਸ ਜੇ ਤੁਸੀਂ ਕੰਟੀਨਿਊ ਰੱਖਿਆ ਸਭ ਕੁਝ, ਫਿਰ ਵੀ ਕੋਈ ਇਨਸਾਨ ਤੁਹਾਡੇ 'ਚ ਕਮੀਆਂ ਕੱਢਣ ਡਿਆ ਪਿਆ 6-7 ਮਹੀਨਿਆਂ ਬਾਅਦ, ਜਾਂ ਤੁਹਾਡੀ ਰਿਸਪੈਕਟ ਨਹੀਂ ਕਰਨ ਡਿਆ, ਯੂ ਨੋ, ਫਿਰ ਤੁਹਾਨੂੰ ਵੀ ਪਤਾ ਤੁਹਾਨੂੰ ਕੀ ਕਰਨ ਦੀ ਲੋੜ ਆ। ਸੋ ਪਲੀਜ਼, ਆਪਣੀ ਜ਼ਿੰਦਗੀ ਹੈ ਜਿਹੜੀ, ਉਹਨੂੰ ਜਿਉਂਦੇ ਜੀ ਤੁਹਾਨੂੰ ਨਰਕ ਬਣਾਉਣ ਦੀ ਲੋੜ ਨਹੀਂ ਆ। ਜੇ ਤੁਹਾਨੂੰ ਕੋਈ ਕੁੜੀ ਪਸੰਦ ਆ, ਕੱਲ੍ਹ ਨੂੰ ਉਹ ਤੁਹਾਡੇ ਨਾਲ ਰਿਲੇਸ਼ਨਸ਼ਿਪ 'ਚ ਵੀ ਆ ਜਾਂਦੀ ਆ, ਅਤੇ ਇੱਦਾਂ ਕਦੀ ਨਹੀਂ ਹੋਣਾ ਕਿ ਜੇ ਉਹ ਚਾਹੁੰਦੀ ਹੈ ਕਿ ਆਪਾਂ ਆਹ ਕੰਮ ਕਰਨਾ ਵਾ ਹਰ ਮੰਡੇ ਨੂੰ, ਅਤੇ ਤੁਹਾਨੂੰ ਉਸ ਚੀਜ਼ 'ਤੇ ਹਾਂ ਕਹਿਣ ਦੀ ਲੋੜ ਆ। ਆਫਕੋਰਸ ਹੈ ਨਾ, ਹੁਣ ਇੱਕ ਪਾਰਟਨਰਸ਼ਿਪ ਇੱਕ ਮਿਊਚੁਅਲ ਚੀਜ਼ ਆ, ਪਰ ਹੁਣ ਜੇ ਤੁਸੀਂ 7:30 ਵਜੇ ਨਾਟਕ ਵੇਖਣਾ ਵਾ ਅਤੇ 9:30 ਵਜੇ ਡਿਜ਼ਰਟ ਖਾਣ ਜਾਣਾ ਵਾ, ਅਤੇ ਕੰਮ ਤੋਂ ਆ ਕੇ ਤੁਸੀਂ ਆਹ 2 ਕੰਮ ਕਰ ਲਏ ਆ, ਫਿਰ ਤੁਸੀਂ ਆਪਣੇ ਆਪ ਨੂੰ ਕਦੋਂ ਟਾਈਮ ਦਿੱਤਾ, ਆਪਣੀ ਸਿਹਤ ਨੂੰ ਕਦੋਂ ਟਾਈਮ ਦਿੱਤਾ, ਜਾਂ ਆਪਣੀਆਂ ਹੋਬੀਜ਼ ਨੂੰ ਕਦੋਂ ਟਾਈਮ ਦਿੱਤਾ, ਜਾਂ ਆਪਣਾ ਜਿਹੜਾ ਤੁਹਾਡਾ ਸੋਸ਼ਲ ਨੈਟਵਰਕ ਆ ਹੈ ਨਾ, ਜਿਨ੍ਹਾਂ ਨਾਲ ਤੁਸੀਂ ਵਾਰਤਾਲਾਪ ਕਰਦੇ ਜੇ, ਤੁਸੀਂ ਉਹਨਾਂ ਨੂੰ ਕਦੋਂ ਸਮਾਂ ਦਿੱਤਾ। ਬੜੇ ਜਾਣੇ ਇੱਥੇ ਜਦੋਂ ਤੁਸੀਂ ਕਿਸੇ ਨੂੰ ਕਹੋਗੇ ਯਾਰ ਆ ਜਾ, ਆਪਾਂ ਬੈਠੇ ਹਾਂ, ਨਹੀਂ ਯਾਰ ਤੈਨੂੰ ਪਤਾ ਹੀ ਆ ਘਰ ਦੀਆਂ ਜ਼ਿੰਮੇਵਾਰੀਆਂ। ਬ੍ਰੋ, ਐਜ਼ ਅ ਮੈਨ ਇਹ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ 'ਚ ਆਉਂਦੀਆਂ ਵਾ, ਆਪਾਂ ਇਹ ਨਹੀਂ ਸੋਚ ਸਕਦੇ ਕਿ ਹੁਣ ਮੈਂ ਆਹ ਚੀਜ਼ ਕਰ ਲਈ ਹੈ ਅਤੇ ਹੁਣ ਮੈਂ ਆਹ ਚੀਜ਼ ਮੈਨੂੰ ਛੱਡਣੀ ਪੈਣੀ ਹੈ। ਨਹੀਂ, ਜਦੋਂ ਤੁਸੀਂ ਐਜ਼ ਅ ਮੈਨ ਗਿਵ ਅਪ ਕਰ ਜਾਂਦੇ ਹੈ ਨਾ ਕਈਆਂ ਚੀਜ਼ਾਂ 'ਤੇ, ਕਿਉਂਕਿ ਹੁਣ ਤੁਹਾਡੀ ਲਾਈਫ 'ਚ ਇੱਕ ਜਨਾਨੀ ਆ ਗਈ ਆ, ਉਹ ਸਭ ਤੋਂ ਵੱਡਾ ਵਿੱਚ ਮੂਵ ਆ ਬ੍ਰੋ। ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਗਿਵ ਅਪ ਕਰਨ ਦੀ ਲੋੜ ਨਹੀਂ ਹੈ, ਤੁਸੀਂ ਐਡਜਸਟ ਕਰ ਸਕਦੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਹਰ ਇੱਕ ਚੀਜ਼ ਨੂੰ, ਜੇ ਤੁਹਾਡੀ ਸਹੇਲੀ ਤੁਹਾਨੂੰ ਕਹਿਣ ਦੀ ਕੋਸ਼ਿਸ਼, ਤੁਸੀਂ ਹਰ ਇੱਕ ਚੀਜ਼ ਨੂੰ ਨਾ ਕਰੀ ਜਾਓ ਤਾਂ ਕਿ ਤੁਸੀਂ ਬੜੇ ਮੈਨਲੀ ਬਣ ਜਾਓ, ਇਹ ਚੀਜ਼ ਤੁਹਾਨੂੰ ਮੈਨਲੀ ਨਹੀਂ ਬਣਾਉਂਦੀ। ਬਸ ਸਿੰਪਲ ਆ ਕਿ ਬ੍ਰੋ, ਜਿੱਦਾਂ ਤੁਹਾਡੀ ਲਾਈਫ ਪਹਿਲਾਂ ਚੱਲ ਰਹੀ ਸੀ ਨਾ, ਉਹ ਚੀਜ਼ਾਂ ਕੰਟੀਨਿਊ ਰੱਖੋ। ਜਦੋਂ ਜਦੋਂ ਤੁਸੀਂ ਆਪਣੀ ਸਹੇਲੀ ਜਾਂ ਆਪਣੀ ਵਾਈਫ ਪਾਰਟਨਰ ਮਗਰ ਲੱਗ ਕੇ ਜਿੱਦਾਂ ਜਿੱਦਾਂ ਉਹ ਤੁਹਾਨੂੰ ਕਹਿਣ ਦੀ ਆ, ਉੱਦਾਂ ਉੱਦਾਂ ਤੁਸੀਂ ਕਰੀ ਜਾਂਦੇ ਜੇ, ਹੈ ਨਾ, ਕਿ ਅੱਜ ਉਹਨੇ ਕਿਹਾ ਇਹਨੂੰ ਜਾਣਾ ਮੈਂ ਇਹਨੂੰ ਚੱਲ ਗਿਆ, ਅੱਜ ਉਹਨੇ ਕਿਹਾ ਇਹਨੂੰ ਜਾਣਾ ਮੈਂ ਇਹਨੂੰ ਚੱਲ ਗਿਆ, ਅੱਜ ਉਹਨੇ ਕਿਹਾ ਜਿੰਮ ਨਾ ਜਾ ਮੈਂ ਜਿੰਮ ਨਹੀਂ ਗਿਆ, ਅੱਜ ਉਹਨੇ ਕਿਹਾ ਆਪਾਂ ਨਾਟਕ ਵੇਖਣੇ ਨਾਟਕ ਵੇਖ ਲਏ। ਬ੍ਰੋ, ਇੱਕ ਮੈਨ ਆ, ਇੱਕ ਰੀਅਲ ਮੈਨ ਜਿਹੜਾ ਤੁਹਾਨੂੰ ਲੱਗਦਾ ਇੱਦਾਂ ਮੂਵ ਹੁੰਦਾ ਉਹ? ਆਈ ਡੋਂਟ ਥਿੰਕ ਸੋ, ਕਿਉਂਕਿ ਮੈਨ ਨਾ ਜਿਹੜੇ ਉਹਨਾਂ ਨੂੰ ਲੀਡਰ ਮੰਨਿਆ ਗਿਆ, ਹੈ ਨਾ, ਕਿ ਤੁਸੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੀਡ ਕਰ ਰਹੇ ਜੇ,
ਫਿਰ ਤੁਸੀਂ ਕਹਿੰਦੇ ਸਾਡੀਆਂ ਸਹੇਲੀਆਂ ਸਾਡੀ ਰਿਸਪੈਕਟ ਨਹੀਂ ਕਰਦੀਆਂ। ਚਲੋ ਮੇਰਾ ਜਿਮ ਦਾ ਟਾਈਮ ਹੋ ਗਿਆ, ਪਰ ਅੱਜ ਦਾ ਨਿਚੋੜ ਇਹੋ ਹੀ ਆ ਕਿ ਬ੍ਰੋ ਭਾਵੇਂ ਤੁਸੀਂ ਰਿਲੇਸ਼ਨਸ਼ਿਪ 'ਚ ਭਾਵੇਂ ਤੁਸੀਂ ਨਹੀਂ ਰਿਲੇਸ਼ਨਸ਼ਿਪ ਦੇ ਵਿੱਚ, ਜਦੋਂ ਤੁਸੀਂ ਕਿਸੇ ਕੁੜੀ ਨਾਲ ਰਿਲੇਸ਼ਨਸ਼ਿਪ 'ਚ ਆ ਜਾਂਦੇ ਜੇ, ਆਪਣਾ ਫਰੇਮ, ਆਪਣੀਆਂ ਹੈਬਿਟਸ, ਆਦਤਾਂ, ਤੁਹਾਡੀਆਂ ਹੋਬੀਸ, ਸਭ ਕੁਝ ਉੱਦਾਂ ਹੀ ਮੇਨਟੇਨ ਰੱਖੋ ਜਿੱਦਾਂ ਜਦੋਂ ਤੁਸੀਂ ਉਸ ਕੁੜੀ ਨਾਲ ਇਨੀਸ਼ਲੀ ਸ਼ੁਰੂਆਤ ਦੇ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਸੀ ਉਦੋਂ ਤੁਹਾਡੀ ਲਾਈਫ ਸੀਗੀ, ਕਿਉਂਕਿ ਉਸ ਕੁੜੀ ਨੂੰ ਉਹ ਲਾਈਫ ਵਧੀਆ ਲੱਗੀ, ਉਹ ਪਰਸਨੈਲਿਟੀ ਤੁਹਾਡੀ ਵਧੀਆ ਲੱਗੀ, ਨਾ ਕਿ ਉਹਦੇ ਲਾਗੇ ਬਹਿ ਕੇ ਹੈ ਨਾ ਅਤੇ ਬਸ ਪਿਆਰ ਦੀਆਂ ਗੱਲਾਂ ਕਰ ਲਓ ਆ ਵੋ ਯੇ ਵੋ। ਇਹ ਸਾਰੀਆਂ ਚੀਜ਼ਾਂ ਫਿਲਮਾਂ 'ਚ ਬੜੀਆਂ ਵਧੀਆ ਲੱਗਦੀਆਂ, ਨਾਟਕਾਂ 'ਚ ਵਧੀਆ ਲੱਗਦੀਆਂ, ਪਰ ਰੀਅਲ ਲਾਈਫ ਥੋੜ੍ਹੀ ਪ੍ਰੈਕਟੀਕਲ ਆ ਬ੍ਰੋ। ਅਤੇ ਫੀਮੇਲ ਸਾਈਕੋਲੋਜੀ ਥੋੜ੍ਹੀ ਤੁਹਾਨੂੰ ਸਮਝਣ ਦੀ ਲੋੜ ਆ ਕਿ ਹਮੇਸ਼ਾ ਜੇ ਤੁਹਾਨੂੰ ਕੋਈ ਕੁੜੀ ਕੁਝ ਕਹਿ ਰਹੀ ਆ ਉਹਦਾ ਮਤਲਬ ਇਹ ਵੀ ਕਦੀ ਹੋ ਸਕਦਾ ਵਾ ਕਿ ਤੂੰ ਐਕਚੁਅਲੀ, ਜੇ ਮੈਂ ਤੈਨੂੰ ਕਹਿ ਰਹੀ ਹਾਂ ਤੂੰ ਅੱਜ ਘਰ ਰਹਿ, ਤੂੰ ਘਰ ਨਾ ਰਹਿ। ਜੇ ਤੁਸੀਂ ਜੈਨੂਨਲੀ ਚਾਹੁੰਦੇ ਜੇ ਨਾ ਕਿ ਉਹ ਤੁਹਾਡੀ ਰਿਸਪੈਕਟ ਕਰੇ, ਤਾਂ ਫਿਰ ਤੁਸੀਂ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ। ਜਿੰਨਾ ਤੁਸੀਂ ਸੋਚੋਗੇ ਕਿ ਮੈਂ ਜੋ ਜੋ ਇਹ ਕਹਿੰਦੀ ਮੈਂ ਉੱਦਾਂ ਉੱਦਾਂ ਕਰੀ ਜਾਊਂਗਾ, ਇਹ ਮੇਰੀ ਰਿਸਪੈਕਟ ਜ਼ਿਆਦਾ ਕਰੂਗੀ ਜਾਂ ਮੈਨੂੰ ਪਿਆਰ ਜ਼ਿਆਦਾ ਕਰੂਗੀ, ਇਹ ਗੱਲ ਭੁੱਲ ਜਾਓ। ਸੋ ਚਲੋ ਠੀਕ ਆ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।